ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਅਹਿਮ ਖਬਰ ਅਖਬਾਰ ਜੀਤ ਦੇ ਪਹਿਲੇ ਸਫੇ ਦੇ ਵਿਚਾਲੇ ਛਪੀ ਆ ਜਿਸ ਦਾ ਸਰਲੇਖ ਆ ਸ਼ਿਵ ਸੈਨਾ ਨੇਤਾ ਹਤਿਆकांड ਦੇ ਗਵਾਹ ਵੱਲੋਂ ਖੁਦਕੁਸ਼ੀ ਅੱਜ ਮਿਤੀ 24 ਜਨਵਰੀ 2018 ਦਿਨ ਬੋਧਵਾਰ ਇਸ ਖਬਰ ਦੀ ਤੁਹਾਡੇ ਸਾਰਿਆਂ ਨਾਲ ਸਾਂਝ ਪੌਣੀ ਇਸ ਕਰਕੇ ਵੀ ਮੈਂ ਜ਼ਰੂਰੀ ਸਮਝਦਾ ਕਿ ਇਹ ਕੇਸ ਜਿਹੜੇ ਨੇ ਜਿਨ੍ਹਾਂ ਨੂੰ ਮਿੱਥ ਕੇ ਕਤਲ ਕਿਹਾ ਗਿਆ ਬਹੁਤ ਚਰਚਾ ਹੋਇਆ ਜਿਦੇ ਵਿੱਚ ਖਾਸਔਰਤੇ ਜਗਤਾਰ ਸਿੰਘ ਜੌਹਲ ਜੋ ਬਰਤਾਨੀਆਂ ਦੇ ਜੰਪਲ ਨੌਜਵਾਨ ਨੇ ਇਥੇ ਵਿਆਹ ਕਰਵਾਉਣ ਆਏ ਸਨ ਪੰਜਾਬ ਦੀ ਧਰਤੀ ਤੇ 4 ਨਵੰਬਰ 2017 ਤੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਹੁਣ ਉਹ ਇਨੀ ਦਿਨੀ ਨਾਬਾ ਜੇਲ੍ਹ ਵਿੱਚ ਨੇ ਇਸ ਸਾਰੇ ਮਸਲੇ ਦੇ ਵਿੱਚ ਜਿਹੜੀ ਇਹ ਖਬਰ ਆ ਇਹ ਵੱਡਾ ਮਹੱਤਵ ਰੱਖਦੀ ਆ ਕਿ ਸ਼ਿਵ ਸੈਨਾ ਦਾ ਜੋ ਨੇਤਾ ਸੀ ਦੁਰਗਾ ਦਾਸ ਦੁਰਗਾ ਗੁਪਤਾ ਉਹਦਾ ਜਿਹੜਾ ਕਤਲ ਹੋਇਆ ਤੇ ਉਸ ਕਤਲ ਦੇ ਗਵਾਹ ਵੱਲੋਂ ਲੰਘੇ ਕੱਲ ਜਿਹੜੀ ਖੁਦਕੁਸ਼ੀ ਕਰ ਲਈ ਗਈ ਸਰਹੰਦ ਨਹਿਰ ਦੇ ਵਿੱਚ ਛਾਲ ਮਾਰ ਕੇ ਸੋ ਮੈਂ ਤੁਹਾਨੂੰ ਹੋਰ ਵਿਸਥਾਰਤ ਜਾਣਨ ਨਾਲੋਂ ਹੂਬ ਹੂ ਜਿਹੜੀ ਅਜੀਤ ਅਖਬਾਰ ਦੇ ਪਹਿਲੇ ਸਫੇ ਤੇ ਖਬਰ ਛਪੀ ਆ ਮੈਂ ਤੁਹਾਨੂੰ ਉਹ ਪੜ੍ਹ ਕੇ ਸੁਣਾ ਦਿੰਨਾ ਇਸ ਕਰਕੇ ਜ਼ਰੂਰੀ ਆ ਕਿ ਜਦੋਂ ਅਸੀਂ ਆਪਣੀ ਜਾਣਕਾਰੀ ਦੇ ਮਾਧਿਅਮ ਹੋਰਾਂ ਚੈਨਲਾਂ ਨੂੰ ਮੰਨਦੇ ਆ ਉਹਦੇ ਉੱਤੇ ਆਪਣਾ ਰੰਗ ਚੜਾ ਦਿੰਦੇ ਆ ਅਤੇ ਅਸਲ ਜਾਣਕਾਰੀ ਜਿਹੜੀ ਆ ਉਹ ਪਾਸੇ ਰਹਿ ਜਾਂਦੀ ਆ ਸੋ ਮੈਂ ਤੁਹਾਡੇ ਨਾਲ ਇੱਕ ਖਬਰ ਜਿਹੜੀ ਆ ਪੜ੍ਹ ਕੇ ਸੁਣਾ ਰਿਹਾ ਮੈਂ ਜ਼ਰੂਰੀ ਸਮਝਦਾ ਕਿ ਇਸ ਖਬਰ ਦੀ ਸਾਇਤਾ ਨਾਲ ਪੈਣੀ ਚਾਹੀਦੀ ਹੈ ਸਰਲੇਖ ਹੈ ਜੀ ਸ਼ਿਵ ਸੈਨਾ ਨੇਤਾ ਹਤਿਆਕਾਂਡ ਦੇ ਗਵਾਹ ਵੱਲੋਂ ਖੁਦਕੁਸ਼ੀ ਖੰਨਾ ਵਿੱਚ ਹੋਏ ਸ਼ਿਵ ਸੈਨਾ ਨੇਤਾ ਦੁਰਗਾ ਗੁਪਤਾ ਕਤਲ ਕਾਂਡ ਦੇ ਮਾਮਲੇ 'ਚ ਭਾਵੇਂ ਖੰਨਾ ਪੁਲਿਸ ਵੱਲੋਂ ਹਰਦੀਪ ਸਿੰਘ ਸ਼ੇਰਾ ਰਮਨਦੀਪ ਸਿੰਘ ਰਮਨਾ ਤੇ ਕੁਝ ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪਰ ਬਾਅਦ ਵਿੱਚ ਇਹ ਮਾਮਲਾ ਕੇਂਦਰੀ ਜਾਂਚ ਏਜੰਸੀ NIA ਨੇ ਆਪਣੇ ਹੱਥਾਂ ਵਿੱਚ ਲੈ ਲਿਆ ਸੀ ਇਨ੍ਹਾਂ ਕਥਿਤ ਦੋਸ਼ੀਆਂ ਦਾ ਕਈ ਵਾਰ ਰਿਮਾਂਡ ਵੀ ਲਿਆ ਗਿਆ ਸੀ ਪਰ ਹੁਣ ਜਾਪਦਾ ਪਰ ਹੁਣ ਜਾਪਦਾ ਹੈ ਕਿ ਇਸ ਜਾਂਚ ਏਜੰਸੀ ਨੂੰ ਮਾਮਲੇ ਵਿੱਚ ਕੋਈ ਠੋਸ ਸਬੂਤ ਹੱਥ ਨਹੀਂ ਲੱਗ ਰਹੇ ਜਿਸ ਕਾਰਨ NIA ਆਪਣਾ ਕੇਸ ਮਜ਼ਬੂਤ ਕਰਨ ਲਈ ਕਤਲकांड ਵਾਲੀ ਥਾਂ ਦੇ ਨੇੜੇ ਮੌਜੂਦ ਲੋਕਾਂ ਤੇ ਦਬਾਅ ਪਾ ਕੇ ਗਵਾਹ ਬਣਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਇਸ ਗੱਲ ਦਾ ਪ੍ਰਗਟਾਵਾ ਉਸ ਵੇਲੇ ਹੋਇਆ ਜਦੋਂ ਅੱਜ ਸਵੇਰੇ ਦੁਰਗਾ ਗੁਪਤਾ ਕਤਲ ਕਾਂਡ ਵਾਲੀ ਜਗ੍ਹਾ ਨੇੜੇ ਸਥਿਤ ਮੋਚੀ ਦਾ ਕੰਮ ਕਰਦੇ RAM ਪਾਲ ਨੇ ਸਰਹੰਦ ਨਹਿਰ 'ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਗੌਰਤਲਬ ਹੈ ਕਿ ਮ੍ਰਿਤਕ ਦੇ ਪੁੱਤਰ ਅਤੇ ਪਤਨੀ ਨੇ ਦੋਸ਼ ਲਾਇਆ ਹੈ ਕਿ ਰਾਮਪਾਲ ਨੇ ਐਨਆਈਏ ਵੱਲੋਂ ਵਾਰ-ਵਾਰ ਪੁਸ਼ਕਿਸ਼ ਕਰਨ ਤੋਂ ਪਰੇਸ਼ਾਨ ਹੋ ਕੇ ਅਤੇ ਗਵਾਹ ਬਣਾਉਣ ਲਈ ਦਬਾਅ ਬਣਾਉਣ ਗਵਾਹ ਬਣਾਉਣ ਲਈ ਦਬਾਅ ਬਣਾਉਣ ਕਰਕੇ ਹੀ ਖੁਦਕੁਸ਼ੀ ਕੀਤੀ ਹੈ ਐਨਆਈਏ ਤੇ ਦੋਸ਼ ਮ੍ਰਿਤਕ ਰਾਮਪਾਲ ਦੇ بیٹے ਮਨੀਸ਼ ਕੁਮਾਰ ਨੇ ਕਿਹਾ ਹੈ ਕਿ ਐਨਆਈਏ ਵੱਲੋਂ ਉਸਦੇ ਪਿਤਾ ਨੂੰ ਰੋਜ਼ ਹੀ ਬੁਲਾ ਕੇ ਪਰੇਸ਼ਾਨ ਕੀਤਾ ਜਾ ਰਿਹਾ ਸੀ ਉਹ ਪਰੇਸ਼ਾਨ ਸਨ ਕਿਉਂਕਿ ਉਹਨਾਂ ਨੂੰ ਪੁਸ਼ਕਿਸ਼ ਲਈ ਕਦੇ ਵੀ ਕਿਤੇ ਵੀ ਬੁਲਾ ਲਿਆ ਜਾਂਦਾ ਸੀ ਮਨੀਸ਼ ਨੇ ਦੋਸ਼ ਲਾਇਆ ਹੈ ਕਿ ਰਾਮਪਾਲ ਨੂੰ ਗਵਾਹੀ ਦੇਣ ਲਈ ਮਨਾਉਣ ਵਾਸਤੇ ਡਰਾਉਣ ਧਮਕਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਸੀ ਮਨੀਸ਼ ਮੁਤਾਬਕ ਸੋਮਵਾਰ ਸ਼ਾਮ ਨੂੰ ਉਸਦੇ ਪਿਤਾ ਨੇ ਕਿਹਾ ਸੀ ਕਿ ਕੱਲ ਮੰਗਲਵਾਰ ਨੂੰ ਸਵੇਰੇ ਐਨਆਈਏ ਨੇ ਫਿਰ ਪੁਸ਼ਕਿਸ਼ ਕਰਨੀ ਹੈ ਉਹ ਵਾਰ-ਵਾਰ ਦੀ ਪੁਸ਼ਕਿਸ਼ ਤੋਂ ਪਰੇਸ਼ਾਨ ਹੋ ਗਏ ਸਨ ਅਤੇ ਇਸੇ ਕਾਰਨ ਹੀ ਉਹਨਾਂ ਨੇ ਖੁਦਕੁਸ਼ੀ ਕਰ ਲਈ ਜਦੋਂ ਕਿ ਮਰਤਕ ਦੀ ਪਤਨੀ ਕਮਲੇਸ਼ ਨੇ ਕਿਹਾ ਕਿ ਮੇਰੇ ਪਤੀ ਐਨਆਈਏ ਦੀ ਪੁਸ਼ਕਿਸ਼ ਪੜਤਾਲ ਤੋਂ ਬਹੁਤ ਪਰੇਸ਼ਾਨ ਸਨ ਉਹ ਇਸ ਲਈ ਵੀ ਡਰੇ ਹੋਏ ਸਨ ਕਿ ਉਹਨਾਂ ਨੂੰ ਅੱਜ ਦਿੱਲੀ ਲਜਾਇਆ ਜਾਵੇਗਾ ਅੱਜ ਸਵੇਰੇ ਉਹ ਸਾਡੇ ਉੱਠਣ ਤੋਂ ਪਹਿਲਾਂ ਹੀ ਘਰੋਂ ਚਲੇ ਗਏ ਅਤੇ ਨਹਿਰ ਕੰਢੇ ਪਹੁੰਚ ਗਏ ਕਿਸੇ ਕੋਲੋਂ ਟੈਲੀਫੋਨ ਲੈ ਕੇ ਫੋਨ ਕੀਤਾ ਤੇ ਕਿਹਾ ਕਿ ਬੱਚਿਆਂ ਦਾ ਧਿਆਨ ਰੱਖੀ ਮੈਂ ਨਹਿਰ ਵਿੱਚ ਛਾਲ ਮਾਰਨ ਲੱਗਾ ਹਾਂ ਤਦ ਤੱਕ ਅਸੀਂ ਉੱਥੇ ਪਹੁੰਚਦੇ ਪਾਣਾ ਜਦੋਂ ਤੱਕ ਅਸੀਂ ਉੱਥੇ ਪਹੁੰਚਦੇ ਬਾਣਾ ਵਰਤ ਚੁੱਕਾ ਸੀ ਸ਼ਿਵ ਸੈਨਾ ਨੇਤਾ ਨੂੰ ਪਹੁੰਚਾਇਆ ਸੀ ਹਸਪਤਾਲ ਇਹ ਇੱਕ ਟਾਈਟਲ ਆ ਇਸ ਖਬਰ ਦਾ ਸਿਰਲੇਖ ਆ ਗੌਰਤਲਬ ਹੈ ਕਿ ਹੱਤਿਆ ਦੇ ਮਾਮਲੇ ਦੀ ਜਾਂਚ ਕਰ ਰਹੀ ਐਨ ਆਈਏ ਨੇ ਮੌਕੇ ਦੇ ਗਵਾਹਾਂ ਦੀ ਐਨ ਆਈਏ ਮੌਕੇ ਦੇ ਗਵਾਹਾਂ ਦੀ ਤਲਾਸ਼ ਹੈ ਪਰ ਨੇੜੇ ਦੇ ਦੁਕਾਨਦਾਰ ਗਵਾਹੀ ਦੇਣ ਜਾਂ ਕੋਈ ਜਾਣਕਾਰੀ ਦੇਣ ਤੋਂ ਕਤਰਾ ਰਹੇ ਹਨ ਇਸ ਦਰਮਿਆਨ ਕੁਝ ਲੋਕਾਂ ਨੇ ਕਿਹਾ ਕਿ ਐਨ ਆਈਏ ਘਟਨਾ ਸਥਾਨਾਂ ਤੋਂ ਕਾਫੀ ਦੂਰ ਦੂਰ ਤੱਕ ਦੇ ਲੋਕਾਂ ਜਿਨ੍ਹਾਂ ਦਾ ਇਸ ਘਟਨਾ ਬਾਰੇ ਕੋਈ ਜਾਣਕਾਰੀ ਹੋਣ ਦਾ ਮਤਲਬ ਹੀ ਨਹੀਂ ਨੂੰ ਵੀ ਗਵਾਹੀ ਦੇਣ ਲਈ ਬੁਲਾ ਰਹੀ ਹੈ ਜਿਸ ਕਾਰਨ ਇਹ ਲੋਕ ਪਰੇਸ਼ਾਨ ਕੀਤੇ ਜਾਣ ਦੇ ਦੋਸ਼ ਲਾ ਰਹੇ ਹਨ ਗੌਰਤਲਬ ਹੈ ਕਿ ਕਤਲकांड ਵਾਲੇ ਦਿਨ ਸ਼ਿਵ ਸੈਨਾ ਨੇਤਾ ਦੁਰਗਾ ਗੁਪਤਾ ਨੂੰ ਲਹੂ ਲਹਾਂ ਦੇਖ ਕੇ ਖੁਦਕੁਸ਼ੀ ਕਰਨ ਵਾਲੇ RAM PAL ਨੇ ਹੀ ਦੁਰਗਾ ਗੁਪਤਾ ਨੂੰ ਹੋਰ ਲੋਕਾਂ ਦੀ ਮਦਦ ਨਾਲ ਸਿਵਲ ਹਸਪਤਾਲ ਪਹੁੰਚਾਇਆ ਸੀ ਸੋ ਇਹ ਖਬਰ ਦੀ ਸਮਾਪਤੀ ਹੈ ਇਥੇ ਹੁਣ ਤੁਸੀਂ ਸਾਰੇ ਵਿਚਾਰੋ ਕਿ ਇਹ ਜੋ NIA ਵੱਲੋਂ ਇਸ ਤਰ੍ਹਾਂ ਦਾ ਦਬਾਅ ਬਣਾਇਆ ਗਿਆ ਜਿਵੇਂ ਉਸਤੇ ਖੁਦਕੁਸ਼ੀ ਕਰਨ ਵਾਲੇ ਰਾਮਪਾਲ ਦੇ ਪਰਿਵਾਰ ਨੇ ਦੱਸਿਆ ਕਿ ਉਸ ਉਤੇ ਇਸ ਤਰ੍ਹਾਂ ਦਾ ਦਬਾਅ ਸੀ ਕਿ ਉਸ ਨੂੰ ਗਵਾਹੀ ਦੇਣ ਲਈ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਸੀ ਦਬਾਅ ਦੇ ਵਿੱਚੋਂ ਦੀ ਉਹ ਗੁਜ਼ਰ ਰਿਹਾ ਸੀ ਸਾਡੀ ਉਸ ਮਾਰੇ ਜਾਣ ਵਾਲੇ ਜਾਂ ਜਿਹੜਾ ਖੁਦਕੁਸ਼ੀ ਕਰ ਗਿਆ ਉਸ ਦੇ ਪਰਿਵਾਰ ਨਾਲ ਹਮਦਰਦੀ ਆ ਸੋ ਵੈਗੁਰੂ ਉਹਨਾਂ ਨੂੰ ਕਾਲਪੁਰਖ ਪਾਣਾ ਮੰਨਣ ਦਾ ਬਲ ਬਖਸ਼ਣ ਸੋ ਇਥੇ ਹੀ ਖਬਰ ਦੀ ਸਮਾਪਤੀ ਹੈ ਜੀ ਤੁਹਾਨੂੰ ਸਾਰਿਆਂ ਨੂੰ ਫਤਿਹ ਦੀ ਫਤਿਹ ਗਜਾਉਣਾ ਤੇ ਕਿਰਪਾ ਕਰਕੇ ਇਸ ਨੂੰ ਅੱਗੇ ਸ਼ੇਅਰ ਕਰ ਦਿਓ ਤਾਂ ਤੁਹਾਡਾ ਧੰਨਵਾਦੀ ਹੋਊਗਾ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ